ਸੋ ਦੋਸਤੋ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਕੱਲ੍ਹ ਇੱਕ ਅਪੀਲ ਕੀਤੀ ਸੀਗੀ ਕਿ ਇੱਕ ਬੱਚੀ ਜਿਹਦੇ ਫਾਦਰ ਦੀ ਡੈਥ ਹੋ ਗਈ ਸੀਗੀ, ਸੋ ਉਹ ਦੋ ਭੈਣਾਂ ਨੇ 5-5 ਹਜ਼ਾਰ ਰੁਪਏ ਦੀਆਂ ਮਾਮੂਲੀ ਜੌਬ ਕਰਦੀਆਂ, 1000-1000 ਰੁਪਏ ਤੋਂ ਜ਼ਿਆਦਾ ਤਾਂ ਉਹਨਾਂ ਦਾ ਆਉਣ ਜਾਂਦਾ ਹੀ ਖਰਚਾ ਹੋ ਜਾਂਦਾ। ਸੋ ਛੋਟਾ ਭਰਾ ਹੈ ਇੱਕ, ਅਤੇ ਪਰਿਵਾਰ ਦੇ ਵਿੱਚ ਮਦਰ ਘਰਾਂ ਦੇ ਵਿੱਚ ਕੰਮ ਕਰਦੀ ਹੈ, ਅਤੇ ਉਹਨਾਂ ਨੂੰ ਅਸੀਂ ਸਾਡੀ ਸੰਸਥਾ ਦੇ ਵੱਲੋਂ ਪਿਛਲੇ 2 ਸਾਲ ਤੋਂ ਰਾਸ਼ਨ ਵੀ ਦੇ ਰਹੇ ਸੀਗੇ। ਸੋ ਉਹਨਾਂ ਦੇ ਪਿਤਾ ਦੇ ਸੰਸਕਾਰ ਦੇ ਲਈ ਪੈਸੇ ਦੀ ਲੋੜ ਸੀਗੀ, ਸੋ 3 ਬੰਦਿਆਂ ਨੇ ਉਹਨਾਂ ਦੀ ਮਦਦ ਕੀਤੀ, 5500 ਰੁਪਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਟੋਟਲ ਭੇਜਿਆ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤਿੰਨਾਂ ਦਾ। ਸੋ ਅੱਜ ਹੁਣ ਉਹਨਾਂ ਦੀ ਸਥਿਤੀ ਇਹ ਹੈ ਕਿ 3 ਦਿਨ ਬਾਅਦ ਉਹਨਾਂ ਦੇ ਫਾਦਰ ਦਾ ਭੋਗ ਹੈ, ਕੁਛ ਹੋਰ ਉਹਨਾਂ ਨੂੰ ਰਾਸ਼ਨ ਦੀ ਆਈਟਮਸ ਦੀ ਲੋੜ ਹੈਗੀ ਹੈ। ਸੋ ਜਿਹੜੇ ਵੀ ਦਾਨੀ ਸੱਜਣ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੈ, ਪਲੀਜ਼ ਉਹ ਸਾਨੂੰ ਦੱਸ ਦਿਓ ਤਾਂ ਕਿ ਅਸੀਂ ਉਹਨਾਂ ਦਾ ਅਕਾਊਂਟ ਨੰਬਰ ਦੇ ਦਈਏ, ਅਤੇ ਤੁਸੀਂ ਸਿੱਧਾ ਹੀ ਉਸ ਰਕਮ ਨੂੰ ਉਹਨਾਂ ਦੇ ਅਕਾਊਂਟਸ ਦੇ ਵਿੱਚ ਟ੍ਰਾਂਸਫਰ ਕਰ ਸਕਦੇ ਹੋ। ਇਹ ਬੱਚੀ ਜਿਹੜੀ ਹੈ ਲੁਧਿਆਣਾ ਦੇ ਢੋਲੇਵਾਲ ਇਲਾਕੇ ਦੀ ਹੈ। ਸੋ ਉਹਦੇ ਬਾਅਦ ਸੈਕਿੰਡ ਨੰਬਰ 'ਤੇ ਅਸੀਂ ਮਦਦ ਦੇ ਲਈ ਤੁਹਾਨੂੰ ਅਪੀਲ ਕਰ ਰਹੇ ਹਾਂ ਕਿ ਸਾਡੇ ਇੱਕ ਬਹੁਤ ਹੀ ਪੁਰਾਣੇ ਦੋਸਤ ਜਿਹੜੇ ਲੁਧਿਆਣੇ ਦੇ ਵਿੱਚ ਇੱਕ ਫੋਟੋ ਜਰਨਲਿਸਟ ਦੇ ਤੌਰ 'ਤੇ ਕੰਮ ਕਰਦੇ ਰਹੇ ਆ, ਅਤੇ ਬੜੇ ਨਾਮੀ ਗ੍ਰਾਮੀ ਰਹੇ ਨੇ, ਇਸ ਟਾਈਮ ਦੋਨੇ ਕਿਡਨੀ ਫੇਲੀਅਰਸ ਦੇ ਕਾਰਨ ਬਹੁਤ ਜ਼ਿਆਦਾ ਮਾੜੀ ਪੋਜੀਸ਼ਨ ਦੇ ਵਿੱਚ ਹੈ। ਸੋ ਇਲਾਜ ਵੀ ਕਰਵਾਉਣਾ ਉਹਨਾਂ ਲਈ ਬਹੁਤ ਡਿਫੀਕਲਟ ਹੋ ਰਿਹਾ, 700 ਰੁਪਇਆ ਇੱਕ ਵਾਰੀ ਦੇ ਡਾਇਲਸਿਸ ਦਾ ਉਹਨਾਂ ਦਾ ਖਰਚ ਹੋ ਰਿਹਾ ਹੈ ਸ਼੍ਰੀ ਕ੍ਰਿਸ਼ਨਾ ਚੈਰੀਟੇਬਲ ਹਸਪੀਟਲ ਲੁਧਿਆਣੇ ਦੇ ਮਾਡਲ ਟਾਊਨ ਦੇ ਵਿੱਚ, ਅਤੇ 2 ਵਾਰੀ ਉਹਨਾਂ ਨੂੰ ਡਾਇਲਸਿਸ ਕਰਵਾਉਣਾ ਪੈ ਰਿਹਾ, ਅਤੇ ਟੋਟਲ ਮਹੀਨੇ ਦੇ ਵਿੱਚ 8 ਵਾਰੀ, ਯਾਨੀ ਕਿ 5600 ਰੁਪਇਆ ਉਹਨਾਂ ਦਾ ਇੱਕ ਮਹੀਨੇ ਦਾ ਖਰਚਾ ਹੈਗਾ। ਸੋ ਜਿੰਨੇ ਵੀ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਇਸ ਦੋਸਤ ਦੀ ਮਦਦ ਦੇ ਲਈ, ਉਹਦੀ ਜਾਨ ਬਚਾਉਣ ਦੇ ਲਈ ਪਲੀਜ਼ ਤੁਸੀਂ ਜੇ ਸਿਰਫ ਤੁਸੀਂ 500-500 ਰੁਪਇਆ ਵੀ ਉਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਦੇ ਹੋ, ਥੋੜ੍ਹੇ ਜਿਹੇ ਬੰਦੇ ਵੀ ਕਰਦੇ ਆ, ਤਾਂ ਵੀ ਕੋਈ ਨਾ ਕੋਈ ਚਾਂਸਿਸ ਬਣ ਸਕਦਾ ਕਿ ਉਹਨਾਂ ਦੀ ਮਦਦ ਹੋ ਸਕੇ ਅਤੇ ਉਹਨਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ, ਜੇ 28 ਬੰਦੇ ਵੀ ਸਿਰਫ ਟੋਟਲ 500-500 ਰੁਪਇਆ ਵੀ ਕਰ ਦਿੰਦੇ ਆ। ਸੋ ਤੀਜੀ ਇੱਕ ਅਪੀਲ ਸਾਡੇ ਕੋਲ ਆਈ ਹੈ ਕਿ ਇੱਕ ਬੱਚੀ ਦਾ ਵਿਆਹ ਦਾ ਕਾਰਡ ਸਾਡੇ ਕੋਲ ਪਹੁੰਚਿਆ, ਅਤੇ ਆਲਰੇਡੀ ਉਸ ਬੱਚੀ ਦੀ ਅਪੀਲ 'ਤੇ 2 ਲੇਡੀਜ਼ ਨੂੰ ਸਾਡੀ ਸੰਸਥਾ ਵਾਇਸ ਆਫ ਏਸ਼ੀਅਨਸ ਅਤੇ ਏਸ਼ੀਅਨ ਕਲੱਬ ਇੰਟਰਨੈਸ਼ਨਲ ਦੇ ਵੱਲੋਂ ਰਾਸ਼ਨ ਦੇਣਾ ਅਸੀਂ ਸ਼ੁਰੂ ਕਰ ਦਿੱਤਾ ਹੈ, ਜਿਹੜਾ ਹਰ ਮਹੀਨੇ ਦੇ ਵਿੱਚ ਅਸੀਂ ਸੈਕਿੰਡ ਸੈਟਰਡੇ ਜਾਂ ਫਰਾਈਡੇ ਨੂੰ ਇੱਥੇ ਰਾਸ਼ਨ ਵੰਡ ਹੁੰਦਾ ਸਰਾਭਾ ਨਗਰ ਦੇ ਵਿੱਚ। ਸੋ ਇਸ ਬੱਚੀ ਦੀ ਸ਼ਾਦੀ ਦੇ ਲਈ ਬਾਕੀ ਤਾਂ ਸਾਰਾ ਕੁਝ ਕਾਫੀ ਕੁਝ ਇੰਤਜ਼ਾਮਾਤ ਹੋ ਗਏ ਨੇ, ਸੋ ਇੱਕ ਡਬਲ ਬੈੱਡ ਜਾਂ ਅਲਮਾਰੀ ਦੀ ਲੋੜ ਹੈਗੀ ਹੈ ਬਹੁਤ ਜ਼ਿਆਦਾ ਸੀਰੀਅਸਲੀ। ਜੇ ਕੋਈ ਵੀ ਸੱਜਣ ਇਸ ਬੱਚੀ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਸਾਡੀ ਬੇਨਤੀ ਹੈ ਕਿ ਜ਼ਰੂਰ ਉਸ ਬੱਚੀ ਦੀ ਮਦਦ ਕਰੋ। ਸੋ ਇੱਕ ਲਾਸਟ ਅਪੀਲ ਹੈਗੀ ਹੈ 4th ਨੰਬਰ 'ਤੇ, ਇੱਥੇ ਉਹਨਾਂ ਨੂੰ ਕੋਈ ਰੁਪਿਆ ਪੈਸਾ ਨਹੀਂ ਚਾਹੀਦਾ, ਕਿਉਂਕਿ ਇੱਕ ਅੱਛੀ ਫੈਮਿਲੀ ਤੋਂ ਨੇ, ਸਟਰੋਂਗ ਨੇ ਫਾਈਨੈਂਸ਼ਲੀ, ਮਤਲਬ ਸਟਰੋਂਗ ਨੇ। ਸੋ ਇੱਕ ਪੇਸ਼ੈਂਟ ਦੀ ਜਿਹੜੇ ਰਿਲੇਟਿਵਸ ਨੇ UK ਤੋਂ ਜਿਹੜੇ ਆਏ ਹੋਏ ਆ, ਅੱਜ ਹੀ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਕਿ ਉਹਨਾਂ ਦੇ ਪੇਸ਼ੈਂਟ ਜਿਹੜੇ ਜਲੰਧਰ ਦੇ ਵਿੱਚ ਇੱਕ ਹੋਸਪਿਟਲ ਦੇ ਵਿੱਚ ਨੇ, ਬ੍ਰੇਨ ਹੈਮਰੇਜ ਹੋਇਆ ਹੋਇਆ, ਵੈਂਟੀਲੇਟਰ 'ਤੇ ਨੇ, ਅਤੇ ਕਾਫੀ ਉਹ ਲੜ ਰਹੇ ਨੇ ਹਾਲਾਤ ਦੇ ਨਾਲ ਜਾਨ ਬਚਾਉਣ ਦੇ ਲਈ। ਅਤੇ ਪਲੀਜ਼ ਜਿਹੜੇ ਵੀ ਲੋਕ ਉਹਨਾਂ ਦੇ ਲਈ ਪ੍ਰੇਅ ਕਰ ਸਕਦੇ ਆ, ਜਦੋਂ ਵੀ ਤੁਸੀਂ ਪਾਠ ਕਰਦੇ ਹੋ, ਕੋਈ ਪ੍ਰੇਅਰਸ ਕਰਦੇ ਹੋ, ਉਹਦੇ ਵਿੱਚ ਉਸ ਮਰੀਜ਼ ਦਾ ਵੀ ਜ਼ਰੂਰ ਤੁਸੀਂ ਜ਼ਿਕਰ ਕਰੋ ਕਿ ਪ੍ਰਭੂ ਉਸ ਮਰੀਜ਼ ਨੂੰ ਬਿਲਕੁਲ ਠੀਕ ਕਰੇ। ਸੋ ਸਾਡਾ ਵਟਸਐਪ ਨੰਬਰ 9872620533 ਅਤੇ ਫੋਨ ਨੰਬਰ 9417020533 ਹੈ। ਤੁਸੀਂ ਕੋਈ ਵੀ ਚੀਜ਼ ਸਾਡੇ ਆਫਿਸ ਸਿੱਧੇ ਨਹੀਂ ਭੇਜਣੀ, ਤੁਹਾਨੂੰ ਬੇਨਤੀ ਹੈ, ਕੋਈ ਪੈਸਾ ਸਾਡੇ ਕੋਲ ਸਿੱਧੇ ਨਹੀਂ ਭੇਜਣਾ ਕਿਸੇ ਦੇ ਹੱਥ, ਉਹ ਅਸੀਂ ਅਸੈਪਟ ਬਿਲਕੁਲ ਨਹੀਂ ਕਰਾਂਗੇ। ਜਿੰਨੇ ਹੈ ਤੁਹਾਨੂੰ ਅਸੀਂ 4 ਕੇਸਿਸ ਦੱਸੇ ਹੈ, ਇੱਕ ਲਈ ਤੁਸੀਂ ਪ੍ਰੇ ਕਰਨੀ ਹੈ, ਅਤੇ 3 ਦੀ ਤੁਸੀਂ ਮਦਦ ਕਰ ਸਕਦੇ ਹੋ, ਅਤੇ ਉਹਨਾਂ ਦਾ ਅਕਾਊਂਟ ਨੰਬਰ ਤੁਸੀਂ ਸਾਡੇ ਕੋਲ ਵਟਸਐਪ 'ਤੇ ਲੈ ਕੇ ਉਹਨਾਂ ਦੀ ਸਿੱਧੀ ਮਦਦ ਕਰ ਸਕਦੇ ਹੋ, ਜਾਂ ਉਹਨਾਂ ਦੇ ਏਰੀਆਜ਼ ਅਸੀਂ ਤੁਹਾਨੂੰ ਦੱਸ ਦਾਂਗੇ, ਉਹਨਾਂ ਦੇ ਏਰੀਆਜ਼ 'ਚ ਜਾ ਕੇ ਮਦਦ ਕਰ ਸਕਦੇ ਹੋ, ਅਤੇ ਉਦੋਂ ਬਾਅਦ ਸਾਨੂੰ ਜ਼ਰੂਰ ਤੁਸੀਂ ਦੱਸ ਦਿਓ ਕਿ ਕਿੰਨੀ ਤੁਸੀਂ ਮਦਦ ਕੀਤੀ ਹੈ, ਤਾਂ ਕਿ ਅਸੀਂ ਸਾਰਾ ਰਿਕਾਰਡ ਮੇਨਟੇਨ ਕਰਕੇ ਦੇਖ ਲਈਏ ਕਿ ਜਿੰਨੀ ਮਦਦ ਉਹਨਾਂ ਨੂੰ ਚਾਹੀਦੀ ਹੈ ਉਨੀ ਮਦਦ ਉਹਨਾਂ ਤੱਕ ਪਹੁੰਚ ਗਈ। ਸੋ ਸਾਡੇ ਜਿਹੜੇ ਦੋਸਤ ਮਦਦ ਨਹੀਂ ਕਰ ਸਕਦੇ ਫਾਈਨੈਂਸ਼ਲੀ, ਮੰਨ ਲਓ 500 ਰੁਪਏ ਦੀ ਵੀ ਮਦਦ ਨਹੀਂ ਕਰ ਸਕਦੇ, ਉਹ ਸਿਰਫ ਇਹੀ ਮਦਦ ਕਰਨ ਕਿ ਸਾਡੀ ਇਸ ਵੀਡੀਓ ਨੂੰ ਵੱਧੋ ਵੱਧ ਲੋਕਾਂ ਤੱਕ ਸ਼ੇਅਰ ਕਰਨ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਅਸੀਂ ਆਪਣਾ ਟਾਈਮ ਕੱਢ ਕੇ ਅਪੀਲ ਪਾ ਕੇ ਲੋਕਾਂ ਦੀ ਮਦਦ ਦੇ ਲਈ ਗੁਹਾਰ ਕਰ ਰਹੇ ਹਾਂ, ਅਤੇ ਇੱਕ ਪੁੱਲ ਬਣ ਸਕੇ ਕਿ ਨੀਡੀ ਲੋਕਾਂ ਦੇ ਵਿੱਚ ਅਤੇ ਤੁਹਾਡੇ ਵਿੱਚ, ਤਾਂ ਕਿ ਉਸ ਪੁੱਲ ਦੇ ਥਰੂ ਉਹਨਾਂ ਦੀ ਮਦਦ ਹੋ ਸਕੇ।